एमी नाल भी फिल्म करी है, गुरनाम ना करी है, दलजीत भाई ना करी है, नीरू मैडम ना करी है, सरगुन ना करी है, सोनम ना करी है, तान्या ना करी है, हुन गीताज ना कर रहा है, वामिका ना, सारे ना तो कर ली। कभी भी एहो जिहा मतलब सोचना ही नहीं पैंदा वी स्टोरी सुना दो कभी, उस सीन ते है ही नहीं जी जी। वैसे शौक नु क्योंकि ना दी स्टोरी सुनन दा मन करदा ओवे ही हमेशा कह कि सुनाओ व्हाट इज दी स्टोरी, की स्टोरी सुननी है, अपना ग्राफ वेखन ले नहीं कभी जी 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 जी। वो बहुत प्रोसेस यार, मैं ना मैं कभी कह नहीं पाया किसी इंटरव्यू, पर मेनू स्ट्रगल वर्ड ही अजीब लग रहा जी, वो स्ट्रगल नहीं सी, वो भी एक जर्नी सी। मैं ਬਹੁਤ ਮੈਂ ਹੁਣ ਵੀ ਦੇਖਦਾ ਨਾ ਪਿਛਲੇ ਦਿਨਾਂ ਨੂੰ ਤਾਂ ਮੈਂ ਇੰਜੋਏ ਹੀ ਕਰ। ਸਾਡੀ ਲਾਈਨ 'ਚ ਕੰਪੀਟੀਸ਼ਨ ਇੰਨਾ ਜ਼ਿਆਦਾ ਔਰ ਇੰਨੇ ਲੋਕ ਸਪਨਾ ਦੇਖਦੇ ਆ, ਸੋ ਜੇ ਤੁਸੀਂ ਉਸ ਪੋਜੀਸ਼ਨ 'ਤੇ ਹੁੰਦੇ ਹੋ ਜਿੱਥੇ ਤੁਸੀਂ ਕਿਸੇ ਨੂੰ ਚਾਂਸ ਦੇ ਸਕਦੇ ਹੋ, ਉਹ ਜਿਹਨੂੰ ਤੁਸੀਂ ਥੋੜ੍ਹਾ ਬਹੁਤ ਚਾਂਸ ਦਿੱਤਾ ਹੈ ਨਾ, ਵੈਸੇ ਤਾਂ ਚਲੋ ਉਹ ਪਲਾਨਡ ਹੁੰਦਾ, ਡੈਸਟੀਨੀ ਹੁੰਦੀ ਹੈ, ਤੁਸੀਂ ਕਿਸੇ ਨੂੰ ਕੋਈ ਕਿਸੇ ਨੂੰ ਬਣਾ ਨਹੀਂ ਸਕਦਾ, ਪਰ ਚਲੋ ਫਿਰ ਵੀ ਤੁਸੀਂ ਜ਼ਰੀਆ ਬਣਦੇ ਹੋ ਤਾਂ ਖੁਸ਼ੀ ਹੁੰਦੀ ਹੈ ਕਿ ਜੇ ਉਹ ਬੰਦਾ ਵਧੀਆ ਕੰਮ ਕਰਦਾ ਉਸ ਮੌਕੇ ਨੂੰ ਮਤਲਬ ਜੀ ਜਾਨ ਨਾਲ ਮਿਹਨਤ ਕਰਕੇ ਉਹਨਾਂ ਨੂੰ ਸਫਲ ਬਣਾਉਂਦਾ ਤਾਂ ਖੁਸ਼ੀ ਹੁੰਦੀ ਹੈ ਕਿ ਯਾਰ ਤੁਸੀਂ ਰਾਈਟ ਬੰਦੇ ਨੂੰ ਉਹ ਚਾਂਸ ਦਿੱਤਾ। ਪਰ ਮੈਨੂੰ ਪਤਾ ਮੈਨੂੰ ਐਜ਼ ਅ ਚਾਈਲਡ ਕੋਈ ਪੋਸਟਰ ਵੇਖਣਾ ਲੱਗਦਾ ਸੀ ਖੁਦਾਈ ਕਿ ਯਾਰ ਇਸ ਕੇ ਇਤਨੇ ਬੜੇ ਬੜੇ ਪੋਸਟਰ ਲਗੇ ਜੀ, ਸੋ ਉਹ ਚੀਜ਼ ਹੈ ਹੋ ਰਹੀ ਹੈ ਮੇਰੇ ਨਾਲ, ਮੈਂ ਖੁਸ਼ ਹਾਂ ਐਂਡ ਆਈ ਐਮ ਸ਼ੋਰ ਸ਼ੋਰ ਕਿ ਅਸੀਂ ਮਿਹਨਤ ਕੀਤੀ ਹੈ ਨਾ ਉਹ ਰੰਗ ਲਿਆਏਗੀ ਜਾਏਗੀ ਜੀ। ਸਕੂਲ 'ਚ ਮੇਰੀ ਇੱਕ ਹੀ ਰੌਣਕ ਸੀ। ਅੱਛਾ ਜੀ, 10-12 ਸਾਲ ਮੇਰੀ ਇੱਕ ਹੀ ਰੌਣਕ ਸੀ। ਠੀਕ ਹੈ, ਅਜੇ ਵੀ ਉਹ ਰੌਣਕ ਹੈਗੀ ਹੈ ਜਾਂ ਨਹੀਂ? ਹੁਣ ਨਹੀਂ ਹੈਗੀ। ਅੱਛਾ, ਰੌਣਕ ਹੈ ਨਹੀਂ ਗਈ ਹੁਣ। ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪੰਜਾਬੀ ਮੀਨੀਆ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ। ਸੋ ਪਿਆਰ ਵੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਸੀਂ ਦੇਖ ਰਹੇ ਹੋ ਪੰਜਾਬੀ ਮੈਨੀਆ ਤੇ ਮੈਂ ਗੈਰੀ ਢਿੱਲੋਂ ਅੱਜ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਇੱਕ ਬੜੀ ਹੀ ਪਿਆਰੀ ਟੀਮ ਦੇ ਨਾਲ ਜਿਹਨੂੰ ਅਕਸਰ ਤੁਸੀਂ ਸਿਨੇਮਾ ਕਰਨ ਦੇ ਵਿੱਚ ਬਹੁਤ ਸਾਰਾ ਪਿਆਰ ਦਿੰਦੇ ਹੋ। ਮੇਰੇ ਨਾਲ ਗੁਰਨਾਮ ਵੀਰਾ ਵੀਰੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰੇ। ਤਾਨੇ ਜੀ ਸਤਿ ਸ਼੍ਰੀ ਅਕਾਲ, ਜਗਦੀਪ ਵੀਰੇ ਸਤਿ ਸ਼੍ਰੀ ਅਕਾਲ ਜੀ। ਇਹ ਤਿਕੜੀ ਇਹ ਜੀ ਹੈ ਜਦੋਂ ਵੀ ਸਿਨੇਮਾ ਕਰਨ ਦੇ ਵਿੱਚ ਇੱਕ ਫਿਲਮ ਅਨਾਊਂਸ ਹੋ ਜਾਂਦੀ ਹੈ ਨਾ, ਤਾਂ ਹਰੇਕ ਨੂੰ ਐਕਸਾਈਟਮੈਂਟ ਹੁੰਦੀ ਹੈ, ਵੇਟ ਰਹਿੰਦੀ ਹੈ ਕਿ ਜਾ ਕੇ ਇੱਕ ਵਾਰੀ ਦੇਖੀਏ ਵੀ ਕੀ ਸਟੋਰੀ ਹੋਏਗੀ, ਤੇ ਤੁਹਾਡੀ ਕਲਮ ਦੇ ਵਿੱਚੋਂ ਮੇਰਾ ਇੱਕ ਬੜੀ ਪਿਆਰੀ ਤੇ ਲਵ ਸਟੋਰੀ ਨਿਕਲਦੀ ਹੈ, ਕੀ ਖਾਸ ਰੀਜ਼ਨ ਹੈ? ਖਾਸ ਰੀਜ਼ਨ ਨਹੀਂ ਹੈ ਕਿ ਹੋਰ ਕੋਈ ਕਰਦਾ ਨਹੀਂ ਪੰਜਾਬ 'ਚ, ਸੋ ਇਹ ਜੋਨਰ ਖਾਲੀ ਹੈ ਔਰ ਕਿਸਮਤ ਮੇਰੀ ਪਹਿਲੀ ਫਿਲਮ ਸੀਗੀ ਐਜ਼ ਅ ਡਾਇਰੈਕਟਰ ਤੇ ਉਹ ਲੋਕਾਂ ਨੇ ਬਹੁਤ ਪਸੰਦ ਕੀਤੀ, ਸੋ ਬਸ ਫਿਰ ਬੈਕ ਟੂ ਬੈਕ ਉਹੀ ਸਾਲ 'ਚ ਇੱਕ ਫਿਲਮ ਆਉਂਦੀ ਹੁੰਦੀ ਹੈ ਰੋਮੈਂਟਿਕ, ਉਹ ਮੈਂ ਕਰ ਲੈਣਾ। ਅੱਛਾ, ਇੰਡਸਟਰੀ ਦੀ ਗੱਲ ਕਰਾਂ, ਰੋਮੈਂਟਿਕ ਫਿਲਮਾਂ ਦੀ ਗੱਲ ਕਰਾਂ, ਤਾਂ ਤੁਹਾਡੇ ਕੋਲ ਕੋਈ ਗਿਣਵੇਂ ਚੁਣੇ ਆਰਟਿਸਟ ਨੇ ਜਿਨ੍ਹਾਂ ਨਾਲ ਤੁਸੀਂ ਕੰਮ ਕਰਦੇ ਹੋ, ਤੇ ਤੁਹਾਨੂੰ ਕਿਸੇ ਹੋਰ ਆਰਟਿਸਟ ਦੇ ਬਿਲੀਵ ਨਹੀਂ ਜਾਂ ਲੱਗਦਾ ਵੀ ਹਾਂ ਇਹੀ ਬਾਖੂਬੀ ਨਿਭਾ ਸਕਣਗੇ ਮੇਰੇ ਕੰਮ ਨੂੰ? ਨਹੀਂ, ਗਿਣਵੇਂ ਚੁਣਵੇਂ ਨਹੀਂ ਗੇ, ਉਹ ਦੇਖਦੇ ਗਿਣਵੇਂ ਚੁਣਵੇਂ ਹੈ। ਹੁਣ ਮੈਂ ਉਹੀ ਕਹਿੰਦਾ, ਮੈਂ ਐਮੀ ਨਾਲ ਵੀ ਫਿਲਮ ਕਰੀਏ, ਗੁਰਨਾਮ ਨਾਲ ਕਰੀਏ, ਦਲਜੀਤ ਬਾਈ ਨਾਲ ਕਰੀਏ, ਨੀਰੂ ਮੈਡਮ ਨਾਲ ਕਰੀਏ, ਸਰਗੁਨ ਨਾ ਕਰੀਏ, ਸੋਨਮ ਨਾ ਕਰੀਏ, ਤਾਨਿਆ ਨਾ ਕਰੀਏ, ਹੁਣ ਗੀਤਾਜ ਨਾ ਕਰ ਰਿਹਾ, ਵਾਮਿਕਾ ਨਾ, ਸਾਰਿਆਂ ਨਾਲ ਤਾਂ ਕਰ ਲਈ ਜੀ ਜੀ। ਤਾਨੇ ਜੀ, ਤੁਹਾਨੂੰ ਭਾਜੀ ਨੇ ਲਾਂਚ ਕਰਿਆ ਸੀਗਾ, ਤੁਹਾਡੇ ਮੈਂਟਰ ਵੀ ਨੇ ਹੀ, ਤੇ ਜਦੋਂ ਵੀ ਤੁਹਾਡੇ ਕੋਲ ਇਹ ਸਟੋਰੀ ਲੈ ਕੇ ਆਉਂਦੇ ਆ ਤਾਂ ਤੁਸੀਂ ਇਹ ਦੇਖਦੇ ਹੋ ਕਿ ਜਗਦੀਪ ਸਿੱਧੂ ਦੀ ਸਟੋਰੀ ਲਿਖੀ ਹੋਈ ਹੈ ਜਾਂ ਇਹ ਦੇਖਦੇ ਹੋ ਕਿ ਸਟੋਰੀ ਕੀ ਹੈ? ਨਹੀਂ, ਮੈਂ ਬਸ ਮੈਂ ਵੇਖਦੀ ਨਹੀਂ, ਜਦੋਂ ਸਰ ਦੀ ਕਾਲ ਆ ਗਈ ਫਿਰ ਕਿਆ ਹੀ ਵੇਖਣਾ, ਉਹ ਤਾਂ ਜੱਜਮੈਂਟ ਹੋ ਗਈ ਵੀ ਉਹਨਾਂ ਨੂੰ ਨਹੀਂ ਜੱਜ ਕਰ ਸਕਦੇ ਜੀ ਜੀ, ਕਿਉਂਕਿ ਇਹ ਮੂਵੀ ਲਿਖੀ ਇਹਨਾਂ ਦੀ ਸੀ ਡਾਇਰੈਕਸ਼ਨ ਪਰ ਕਿਸੇ ਹੋਰ ਦੀਆਂ, ਜਿਵੇਂ ਨਵੀਰ ਬਰਾੜੀ ਡਾਇਰੈਕਸ਼ਨ ਹੁੰਦੀ ਸੀਗੀ, ਤੇ ਕੀ ਸੋਚਿਆ ਸੀਗਾ ਵੀ ਸਟੋਰੀ ਸੁਣਨੀ ਹੈ ਦੈਟਸ ਆਲ ਜਾਂ ਨਾ ਵੀ ਬਹੁਤ ਆ? ਭਰੋਸਾ ਹੀ ਬਹੁਤ ਹੈ ਉਹਨਾਂ ਜੀ, ਐਂਡ ਉਹ ਸਟਾਰਟ ਵੀ ਉਹਨਾਂ ਤੋਂ ਕੀਤਾ ਐਂਡ ਕਦੀ ਵੀ ਇਹੋ ਜਿਹਾ ਮਤਲਬ ਸੋਚਣਾ ਹੀ ਨਹੀਂ ਪੈਂਦਾ ਵੀ ਸਟੋਰੀ ਸੁਣਾ ਦੋ ਕਦੀ, ਉਸ ਸੀਨ ਤੇ ਹੈ ਹੀ ਨਹੀਂ ਜੀ ਜੀ। ਵੈਸੇ ਸ਼ੌਂਕ ਨੂੰ ਕਿਉਂਕਿ ਇਹਨਾਂ ਦੀ ਸਟੋਰੀ ਸੁਣਨ ਦਾ ਮਨ ਕਰਦਾ ਉਵੇਂ ਹੀ ਹਮੇਸ਼ਾ ਕਹਿ ਕਿ ਸੁਣਾਓ ਵਾਟ ਇਜ਼ ਦੀ ਸਟੋਰੀ, ਕੀ ਸਟੋਰੀ ਸੁਣਨੀ ਹੈ, ਆਪਣਾ ਗ੍ਰਾਫ ਵੇਖਣ ਲਈ ਨਹੀਂ ਕਦੀ ਜੀ 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 ਜੀ, ਉਹ ਬਹੁਤ ਪ੍ਰੋਸੈਸ। ਤੇ ਗੁਰਨਾਮ ਵੀਰੇ, ਤੁਹਾਨੂੰ ਹੁਣ ਮੈਂ ਕੀ ਗਵਾਂ, ਮਤਲਬ ਇੰਨੇ ਬਿਜ਼ੀ, ਅੱਜ ਵੀ ਸ਼ੂਟ ਚੱਲੀ ਜਾ ਰਿਹਾ ਤੁਹਾਡਾ, ਮਸਾਂ ਤੁਹਾਡੇ ਕੋਲ ਟਾਈਮ ਕਢਵਾਇਆ, ਹਜੇ ਇੱਕ ਫਿਲਮ, ਪਹਿਲਾਂ ਐਲਬਮ ਮਤਲਬ ਫਿਲਮ, ਹਜੇ ਇੱਕ ਸਿਨੇਮਾ ਕਰਨ 'ਚ ਲੱਗੀ ਹੋਈ ਹੈ, ਇੱਕ ਅਨਾਊਂਸ ਹੋ ਗਈ ਆ ਰਹੀ ਹੈ, 3 ਚੱਲ ਰਹੀਆਂ ਲਗਾਤਾਰ, ਇੰਨਾ ਬਿਜ਼ੀ ਨਹੀਂ ਤਾਂ ਕੋਈ ਲੱਗਦਾ ਹੁਣ ਤੱਕ ਦਾ, ਹੁਣ ਤੱਕ ਜੇ ਦੇਖਿਆ ਜਾਏ ਤਾਂ ਸਭ ਤੋਂ ਬਿਜ਼ੀ ਆਰਟਿਸਟ ਤੁਸੀਂ ਹੋ? ਨਹੀਂ ਨਹੀਂ, ਮੈਂ ਨਹੀਂ, ਐਂ ਲੱਗਦਾ ਹੀ ਹੈ ਜੀ। ਸੱਚੀ ਗੱਲ ਹੈ ਨਾ, ਕਿਉਂਕਿ ਕਿਵੇਂ ਟਾਈਮ ਕੱਢਦੇ ਹੋ ਨਾ, ਕਿਉਂਕਿ ਵਿਆਹਾਂ ਦੇ ਵੀ ਸ਼ੋਅ ਵੀ ਲਾਉਣੇ ਹੁੰਦੇ ਆ? ਨਹੀਂ, ਸ਼ੋਅ ਮੈਂ ਬਹੁਤ ਘਟਾਤੇ ਜੀ ਹੁਣ। ਅੱਛਾ, ਸ਼ੋਜ਼ ਮੈਂ ਬਹੁਤ ਘਟਾਤੇ ਜੀ, ਇਸ ਮਹੀਨੇ 2-3 ਸ਼ੋਅ ਲਾਏ ਆ, ਅਗਲੇ ਮਹੀਨੇ ਵੀ ਜੀ, ਉਹ ਵੀ ਬਹੁਤ ਜ਼ਿਆਦਾ ਹੀ ਕੋਈ ਕਰੀਬੀ ਹਨਾ, ਜਿਵੇਂ ਕੁਛ ਹੁੰਦੇ ਕਿ ਜਿਵੇਂ ਮੇਰੇ ਪਾਪਾ ਨੂੰ ਫੋਨ ਕਰ ਲੈਂਦੇ ਡਾਇਰੈਕਟ ਜੀ ਜੀ, ਤਾਂ ਹੁਣ ਮੈਨੂੰ ਵਿਆਹਾਂ ਦੇ ਸ਼ੋਜ਼ ਨਹੀਂ ਮੇਰੇ ਤੋਂ ਹੁਣ ਲੱਗ ਪਾ ਰਹੇ, ਤੇ ਪਰ ਪਰਿਵਾਰਾਂ ਦਾ ਪਿਆਰ ਹੈ ਕਿ ਮੈਨੂੰ ਫੈਮਿਲੀਜ਼ ਇਨਵਾਈਟ ਕਰਦੀਆਂ ਜੀ ਜੀ। ਬਿਜ਼ੀ ਤਾਂ ਹੋਣ ਦਾ ਇਹ ਨਹੀਂ ਜੀ ਕਿ ਵਿਆਹ ਨਹੀਂ ਕਰਾਉਣਾ, ਤਾਂ ਸਾਡੀ ਪਹਿਲਾਂ ਦੀ ਬਣੀ ਹੋਈ ਸੀ ਫਿਲਮ, ਓਕੇ, ਤੇ ਉਹ ਤਾਂ ਕੋਵਿਡ ਕਰਕੇ ਰਿਲੀਜ਼ ਨਹੀਂ ਹੋ ਪਾਈ ਜੀ। ਐਲਬਮ ਤੇ ਮੈਂ 1.5-2 ਸਾਲਾਂ ਤੋਂ ਮਿਹਨਤ ਕਰ ਰਿਹਾ ਸੀਗਾ ਜੀ, ਤੇ
ਐਲਬਮ ਮੈਂ ਚਾਹੁੰਦਾ ਸੀ ਦਸੰਬਰ ਚ ਆ ਜਾਏ ਹਾਂਜੀ ਪਰ ਉਹ ਐਲਬਮ ਬਾਅਦ ਚ ਮਾਸਟਰ ਨਿਕਲਦੇ ਨਿਕਲਦੇ ਕਿਉਂਕਿ ਐਡਿਟ ਮਿਊਜ਼ਿਕ ਡਾਇਰੈਕਟਰ ਸੀਗੇ ਜੀ ਉਹ ਵੀ ਉਹ ਰਿਲੀਜ਼ ਹੁੰਦੀ ਹੁੰਦੀ ਉਹ ਫਰਵਰੀ ਤੱਕ ਡਿਲੇ ਡਿਲੇ ਹੋ ਗਈ ਤੇ ਆਲਰੇਡੀ ਫਿਰ ਥੀਏਟਰਾਂ ਦਾ ਨਹੀਂ ਹੁਣ ਐਂ ਸੀਗਾ ਵੀ ਪਤਾ ਨਹੀਂ ਹੁਣ ਖੁੱਲੇ ਆ ਫਿਰ ਕਦੋਂ ਖੁੱਲਣਗੇ ਜੀ ਇੱਕ ਪ੍ਰੋਡਕਟ ਬਣਿਆ ਬਣਿਆ ਜ਼ਿਆਦਾ ਪੁਰਾਣਾ ਨਾ ਹੋ ਜਾਵੇ ਉਹ ਡਰ ਵੀ ਸੀਗਾ ਤਾਂ ਵਿਆਹ ਨਹੀਂ ਕਰਾਉਣਾ ਸੀ ਫਟਾਫਟ ਰਿਲੀਜ਼ ਕੀਤੀ ਤੇ ਲੇਖ ਵੀ ਆਲਰੇਡੀ ਅਨਾਊਂਸਡ ਸੀਗੀ ਜੀ ਸਾਰੀਆਂ ਚੀਜ਼ਾਂ ਜੀ ਮਤਲਬ ਕੋਵਿਡ ਕਰਕੇ ਇਕੱਠੀਆਂ ਹੋਈਆਂ ਨਹੀਂ ਜੀ 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 ਮੈਨੂੰ ਵੀ ਔਖਾ ਲੱਗਦਾ ਵੈਸੇ ਤਾਂ 4 ਘੰਟੇ ਮੈਂ 3-4 ਘੰਟੇ ਸੌਂ ਪਾਉਣਾ ਜੀ ਜੀ ਪਰ ਠੀਕ ਕਰ ਦੂੰਗਾ ਮੈਂ ਸਾਰਾ ਵਧੀਆ ਜਦੋਂ ਸਟਰਗਲ ਟਾਈਮ ਸੀਗਾ ਜਦੋਂ ਸਟਰਗਲ ਟਾਈਮ ਹੁੰਦਾ ਤਾਂ ਨਹੀਂ ਕੁਸ਼ਚਨ ਤੁਹਾਨੂੰ ਦੋਨਾਂ ਨੂੰ ਹੀ ਹੈ ਜਦੋਂ ਸਟਰਗਲ ਟਾਈਮ ਹੁੰਦਾ ਨਾ ਤਾਂ ਇੱਕ ਬੰਦੇ ਦਾ ਥੋਟ ਹੁੰਦਾ ਕਿ ਯਾਰ ਆਹ ਟਾਈਮ ਮੇਰੇ 'ਤੇ ਆਵੇ ਹੈ ਨਾ ਆਹ ਟਾਈਮ ਮੇਰੇ 'ਤੇ ਆਵੇ ਮੈਂ ਦੇਖਣਾ ਚਾਹਾਂ ਫਾਈਨਲੀ ਉਹ ਟਾਈਮ ਤੁਹਾਡੇ 'ਤੇ ਆ ਉਹ ਸਟਰਗਲ ਟਾਈਮ ਤੁਸੀਂ ਕਿਵੇਂ ਦੇਖਦੇ ਹੋ ਯਾਰ ਮੈਂ ਨਾ ਮੈਂ ਕਦੀ ਕਹਿ ਨਹੀਂ ਪਾਇਆ ਕਿਸੇ ਇੰਟਰਵਿਊ 'ਚ ਪਰ ਮੈਨੂੰ ਸਟਰਗਲ ਵਰਡ ਹੀ ਅਜੀਬ ਲੱਗਦਾ ਜੀ ਸਟਰਗਲ ਨਹੀਂ ਸੀ ਉਹ ਵੀ ਇੱਕ ਜਰਨੀ ਸੀ ਮੈਂ ਬਹੁਤ ਮੈਂ ਹੁਣ ਵੀ ਦੇਖਦਾ ਨਾ ਪਿਛਲੇ ਦਿਨਾਂ ਨੂੰ ਤਾਂ ਮੈਂ ਇੰਜੋਏ ਹੀ ਮੈਂ ਉਦੋਂ ਵੀ ਖੁਸ਼ ਸੀਗਾ ਜੀ ਉਦੋਂ ਵੀ ਹਰ ਰੋਜ਼ ਰੱਬ ਕੁਛ ਨਾ ਕੁਛ ਤੋਰ ਹੀ ਰਿਹਾ ਸੀ ਕਿਸੇ ਪਾਸੇ ਜੀ ਹੁਣ ਵੀ ਹੁਣ ਐਂ ਲੱਗਦਾ ਵੀ ਹੁਣ ਵੀ ਉਹੋ ਜਿਹੀ ਸਿਚੁਏਸ਼ਨ ਇਹ ਦੇਖ ਕੇ ਲੱਗਦਾ ਵੀ ਪਤਾ ਨਹੀਂ ਕੀ ਬਣ ਗਏ ਜਾਂ ਸ਼ਾਇਦ ਦੇਖਣ ਵਾਲਿਆਂ ਨੂੰ ਮੇ ਵੀ ਲੱਗਦਾ ਹੋਵੇ ਮੈਨੂੰ ਕਦੇ ਨਹੀਂ ਲੱਗਿਆ ਯਾਰ ਵੀ ਮੈਂ ਕੁਛ ਬਣ ਗਿਆ ਮੈਨੂੰ ਇਹ ਲੱਗਦਾ ਯਾਰ ਜੋ ਮੈਂ ਸੋਚਿਆ ਮੇਰੇ ਡ੍ਰੀਮਸ ਨੇ ਪਤਾ ਨਹੀਂ ਸ਼ਾਇਦ ਸੁਪਨੇ ਹੋ ਸਕਦਾ ਜ਼ਿਆਦਾ ਵੱਡੇ ਆ ਪਰ ਮੈਨੂੰ ਲੱਗਦਾ ਕਿ ਇਹ ਤਾਂ ਸਫ਼ਰ ਸ਼ੁਰੂ ਹੋਇਆ ਇਹ ਤਾਂ ਬਸ ਯਾਰ ਅਜੇ ਹੁਣ ਜੇ ਹੀ ਸ਼ੁਰੂ ਹੋਇਆ ਹੁਣੇ ਕਰ ਰਿਹਾ ਜੇ ਐਕਟਿੰਗ 'ਚ ਵੀ ਜਦੋਂ ਮੈਂ ਫਿਲਮ ਦੇ ਕਿਸੇ ਸੈੱਟ 'ਤੇ ਜਾਂਦਾ ਤਾਂ ਮੈਨੂੰ ਹੌਲੀ ਹੌਲੀ ਪਹਿਲਾਂ ਮੈਨੂੰ ਗੁੱਡੀਆਂ ਪਟੋਲੇ ਤੋਂ ਬਾਅਦ ਸੁਰਖੀ ਬਿੰਦੀ ਆ ਫਿਰ ਆਪਣਾ ਲੇਖ ਵਿਆਹ ਨਹੀਂ ਕਰਾਉਣਾ ਤਾਂ ਮੈਨੂੰ ਲੱਗਦਾ ਹੌਲੀ ਹੌਲੀ ਸਿੱਖ ਰਿਹਾ ਜੇ ਬਹੁਤ 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 ਕਰੈਕਟਰਸ ਨਾਲ ਜਾਣ ਪਛਾਣ ਹੋ ਰਹੀ ਹੈ ਵੀ ਅੱਛਾ ਆਹ ਇਮੋਸ਼ਨ ਇੱਦਾਂ ਵੀ ਕੀਤਾ ਜਾ ਸਕਦਾ ਆਹ ਗਾਣਾ ਐਵੇਂ ਵੀ ਗਾਇਆ ਜਾ ਸਕਦਾ ਸੋ ਅਜੇ ਤਾਂ ਮੈਨੂੰ ਲੱਗਦਾ ਯਾਰ ਸ਼ੁਰੂਆਤੀ ਦਿਨ ਗਾਣੇ ਥੋੜੀ ਵੈਰੀਏਸ਼ਨ ਦੇਖਣ ਨੂੰ ਮਿਲਦੀ ਹੈ ਮਜ਼ਾ ਆਉਂਦਾ ਹੈ ਇੰਜੋਏ ਕਰਦੇ ਆ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਆ ਮੈਨੂੰ ਉਹ ਸਟਰਗਲ ਨਹੀਂ ਲੱਗਦਾ ਮੈਨੂੰ ਉਹ ਟ੍ਰੇਨਿੰਗ ਲੱਗਦੀ ਹੈ ਜੀ ਮੈਨੂੰ ਲੱਗਦਾ ਜੇ ਟ੍ਰੇਨਿੰਗ ਚੱਲ ਰਹੀ ਹੈ ਜਿੰਨੀ ਹਾਰਡ ਤੁਹਾਡੀ ਟ੍ਰੇਨਿੰਗ ਹੈ ਸਮਝੋ ਕਿ ਉਹਨਾਂ ਜ਼ਿਆਦਾ ਲੋੜ ਸੀ ਹਜੇ ਪੋਲਿਸ਼ ਹੋਣ ਦੀ ਫਿਰ ਹੌਲੀ ਹੌਲੀ ਜਦੋਂ ਤੁਹਾਨੂੰ ਚੀਜ਼ ਜਿਵੇਂ ਤੁਹਾਨੂੰ ਜਦੋਂ ਏ ਬੀ ਸੀ ਡੀ ਪੜ੍ਹਨੀ ਆ ਜਾਂਦੀ ਹੈ ਫਿਰ ਵਰਡ ਪੜ੍ਹਨਾ ਆ ਜਾਂਦਾ ਫਿਰ ਲਾਈਨ ਪੜ੍ਹਨੀ ਆ ਜਾਂਦੀ ਫਿਰ ਚੈਪਟਰ ਪੜ੍ਹਨੇ ਆ ਜਾਂਦੇ ਸੋ ਉਦੋਂ ਉਦੋਂ ਬੰਦਾ ਇਹ ਕੰਫਰਟੇਬਲ ਹੁੰਦਾ ਰਹਿੰਦਾ ਬਟ ਉਹ ਟ੍ਰੇਨਿੰਗ ਹੈ ਐਂਡ ਉਹ ਚੱਲਦੀ ਰਹਿੰਦੀ ਹੈ ਵੀ ਆਰ ਹਿਊਮਨ ਸਾਡੇ ਮਰਦੇ ਕੰਮ ਤੱਕ ਨਵੀਂ ਇੱਕ ਟ੍ਰੇਨਿੰਗ ਚੱਲਦੀ ਰਹਿੰਦੀ ਸੋ ਸਟਰਗਲ ਨਹੀਂ ਹੈ ਉਹ ਟ੍ਰੇਨਿੰਗ ਹੈ ਉਹ ਡੇ ਟੂ ਡੇ ਹਿੱਸਾ ਹੈ ਬਸ ਕਈ ਵਾਰੀ ਬਹੁਤ ਹਾਰਡ ਟ੍ਰੇਨਿੰਗ ਹੁੰਦੀ ਹੈ ਥੋੜ੍ਹੀ ਰਿਲੈਕਸ ਜੀ ਜੀ ਅੱਛਾ ਜਗਦੀਪ ਵੀਰੇ ਤੁਸੀਂ ਇਹਨਾਂ ਦੋਨਾਂ ਨੂੰ ਲਾਂਚ ਕੀਤਾ ਆ ਤੁਸੀਂ ਇਹਨਾਂ ਦੀ ਸਕਸੈਸ ਨੂੰ ਕਿਵੇਂ ਦੇਖਦੇ ਹੋ ਮਤਲਬ ਹੁਣ ਇੱਕ ਚਿਹਰਾ ਨੇ ਫੇਸ ਨੇ ਚਾਹੇ ਕਿਤੋਂ ਵੀ ਨਿਕਲਣਗੇ ਇਕੱਲੇ ਵੀ ਨਿਕਲਣਗੇ ਤਾਂ ਪਛਾਣੇ ਜਾਣਗੇ ਗੁਰਨਾਮ ਹੈ ਜਾਂ ਤਾਨੀਆ ਹਾਂ ਵਧੀਆ ਲੱਗਦਾ ਹੈ ਬਾਈ ਸਪੈਸ਼ਲੀ ਕਿਉਂਕਿ ਮਤਲਬ ਸਾਡੀ ਲਾਈਨ 'ਚ ਕੰਪੀਟੀਸ਼ਨ ਇੰਨਾ ਜ਼ਿਆਦਾ ਔਰ ਇੰਨੇ ਲੋਕ ਸਪਨਾ ਦੇਖਦੇ ਆ ਸੋ ਜੇ ਤੁਸੀਂ ਉਸ ਪੋਜੀਸ਼ਨ 'ਤੇ ਹੁੰਦੇ ਹੋ ਜਿੱਥੇ ਤੁਸੀਂ ਕਿਸੇ ਨੂੰ ਚਾਂਸ ਦੇ ਸਕਦੇ ਹੋ ਉਹ ਜਿਹਨੂੰ ਤੁਸੀਂ ਥੋੜ੍ਹਾ ਬਹੁਤ ਚਾਂਸ ਦਿੱਤਾ ਹੈ ਨਾ ਵੈਸੇ ਤਾਂ ਚਲੋ ਉਹ ਪਲਾਨਡ ਹੁੰਦਾ ਡੈਸਟੀਨੀ ਹੁੰਦੀ ਹੈ ਤੁਸੀਂ ਕਿਸੇ ਨੂੰ ਕੋਈ ਕਿਸੇ ਨੂੰ ਬਣਾ ਨਹੀਂ ਸਕਦਾ ਪਰ ਚਲੋ ਫਿਰ ਵੀ ਤੁਸੀਂ ਜ਼ਰੀਆ ਬਣਦੇ ਹੋ ਤਾਂ ਖੁਸ਼ੀ ਹੁੰਦੀ ਹੈ ਕਿ ਜੇ ਉਹ ਬੰਦਾ ਵਧੀਆ ਕੰਮ ਕਰਦਾ ਉਸ ਮੌਕੇ ਨੂੰ ਮਤਲਬ ਜੀ ਜਾਨ ਨਾਲ ਮਿਹਨਤ ਕਰਕੇ ਉਹਨੂੰ ਸਫਲ ਬਣਾਉਂਦਾ ਤਾਂ ਖੁਸ਼ੀ ਹੁੰਦੀ ਹੈ ਕਿ ਯਾਰ ਤੁਸੀਂ ਰਾਈਟ ਬੰਦੇ ਨੂੰ ਉਹ ਚਾਂਸ ਦਿੱਤਾ ਜੇ ਉਹ ਨਹੀਂ ਹੁੰਦਾ ਫਿਰ ਦੁੱਖ ਹੁੰਦਾ ਹੈ ਕਿ ਯਾਰ ਇਹਦੀ ਜਗ੍ਹਾ ਕਿਸੇ ਹੋਰ ਨੂੰ ਦਿੱਤਾ ਹੁੰਦਾ ਹੈ ਨਾ ਜਿਹਨੂੰ ਇਹਦੀ ਅਹਿਮੀਅਤ ਪਤਾ ਹੁੰਦੀ ਸੋ ਇਹ ਦੋਨਾਂ ਨੇ ਉਹ ਚਾਂਸ ਨੂੰ ਬੜਾ ਵਧੀਆ ਤਰੀਕੇ ਨਾਲ ਬਣਾਇਆ ਤਾਂ ਬਹੁਤ ਖੁਸ਼ੀ ਹੁੰਦੀ ਸੋ ਕਿਵਿੰਦ ਦੇ ਵਿੱਚ ਮੈਂ ਸਾਰਿਆਂ ਨੂੰ ਰਲਵਾ ਕੇ ਵਿੱਚ ਬਾਹਰ ਨਿਕਲੇ ਸੀ ਸਾਰੇ ਬਹੁਤ ਜ਼ਿਆਦਾ ਪਿਆਰ ਮਿਲਿਆ ਸੀਗਾ ਉਮੀਦ ਕਰਦੇ ਹੁਣ ਲੇਖ ਦੇ ਟੱਲੇ ਨੂੰ ਵੀ ਐਜ਼ ਇਟ ਇਜ਼ ਹੀ ਪਿਆਰ ਮਿਲ ਰਿਹਾ ਜਿਵੇਂ ਸੁਰਖੀ ਬਿੰਦੇ ਨੂੰ ਮਿਲਿਆ ਸੀਗਾ ਇਹ ਤੁਹਾਨੂੰ ਕਿਵੇਂ ਦੇ ਕਮੈਂਟਸ ਆ ਰਿਹਾ ਕਿਵੇਂ ਦੇ ਰਿਵਿਊਜ਼ ਆ ਰਹੇ ਤੁਹਾਨੂੰ ਸਾਰਿਆਂ ਨੂੰ ਦੇ ਟ੍ਰੇਲਰ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਮਤਲਬ ਮੈਨੂੰ ਉਮੀਦ ਨਹੀਂ ਸੀਗੀ ਵੀ ਇੰਨਾ ਪਸੰਦ ਕਰਿਆ ਜਾਊਗਾ ਇਹ ਟ੍ਰੇਲਰ ਕਿਉਂਕਿ ਅਸੀਂ ਉਹ ਲੁੱਕ ਚੇਂਜ ਓਵਰ ਰੋਜ਼ ਹੀ ਦੇਖਿਆ ਸੀਗਾ ਪੂਰੇ ਸ਼ੂਟ 'ਚ ਤਾਂ ਸਾਡੇ ਲਈ ਉਹ ਹੁਣ ਇੰਨਾ ਇੰਪੈਕਟਫੁਲ ਨਹੀਂ ਸੀਗਾ ਜਿੰਨਾ ਲੋਕਾਂ ਲਈ ਉਹ ਇੱਕਦਮ ਝਟਕਾ ਹੈ ਕਿ ਯਾਰ ਇੰਨਾ ਮਿਹਨਤ ਕੀਤੀ ਕਿਸੇ ਬੰਦੇ ਨੇ ਤੇ ਟ੍ਰੇਲਰ ਬਹੁਤ ਪਸੰਦ ਕੀਤਾ ਜਾ ਰਿਹਾ ਮੈਨੂੰ ਖਾਸ ਕਰਕੇ ਹੁਣ ਤਾਂ ਡਰ ਵੀ ਲੱਗਦਾ ਕਿ ਉਮੀਦਾਂ ਬਹੁਤ ਜ਼ਿਆਦਾ ਹੋ ਗਈਆਂ ਤੇ ਤੁਹਾਨੂੰ ਕਿਦਾਂ ਦੇ ਆ ਰਹੇ ਆ ਰਿਵਿਊਜ਼ ਕਮੈਂਟਸ ਕਿਦਾਂ ਆ ਰਹੇ ਸੱਚਾਈ ਆ ਵੀਰੇ ਡਰ ਤਾਂ ਵਾਕਈ ਮੈਨੂੰ ਨਾ ਮਤਲਬ ਲੇਖ ਫਿਲਮ ਜਦੋਂ ਮੇਰੀਆਂ ਪਿਕਚਰਸ ਲੀਕ ਹੋਈਆਂ ਜਾਂ ਲੁੱਕਸ ਪਤਾ ਲੱਗ ਗਿਆ ਹਰ ਬੰਦਾ ਮੈਨੂੰ ਪੁੱਛਦਾ ਲੇਖ ਕਦੋਂ ਆ ਰਹੀ ਆ ਜੀ ਤੁਸੀਂ ਬਿਲੀਵ ਕਰੋਗੇ ਕਿ ਮੇਰੇ ਫਾਦਰ ਸਾਹਿਬ ਮੈਂ ਕਿਹਾ ਜੀ ਤੁਸੀਂ ਵਿਆਹ ਨਹੀਂ ਕਰਾਉਣਾ ਦੇ ਪ੍ਰੀਮੀਅਰ 'ਤੇ ਆਇਓ ਨਹੀਂ ਕਹਿੰਦਾ ਯਾਰ ਮੈਂ ਲੇਖ ਦੇ ਪ੍ਰੀਮੀਅਰ ਦਾ ਜਦੋਂ ਇੱਕ ਚੀਜ਼ ਦੀ ਕੋਈ ਇੰਨੀ ਗੱਲ ਕਰੇ ਨਾ ਜੀ ਸੱਚੀ ਤੁਹਾਨੂੰ ਡਰ ਲੱਗਦਾ ਔਰ ਹੁਣ ਜਿਵੇਂ ਟ੍ਰੇਲਰ ਆ ਵੀ ਲਾਸਟ ਇੰਨਾ ਟ੍ਰੈਫਿਕ ਮੈਂ ਡਾਇਮੰਡ ਗਾਣੇ 'ਤੇ ਦੇਖਿਆ ਸੀ ਜਿਵੇਂ 16-17 ਹਜ਼ਾਰ ਕਮੈਂਟ ਹੋ ਗਏ ਇੱਕ ਦਿਨ 'ਚ 10 ਮਿਲੀਅਨ ਹੋ ਗਿਆ ਜੀ ਠੀਕ ਆ ਉਹ ਹਰ ਹਰ ਚੀਜ਼ 'ਤੇ ਉਨੀ ਕੁ ਬੂਸਟ ਹਰ ਕੰਪਨੀ ਲਾਉਂਦੀ ਆ ਜੀ ਪਰ ਨੈਚੁਰਲੀ ਬਹੁਤ ਵਧੀਆ ਚੱਲ ਰਿਹਾ ਜੀ ਜੀ ਤਾਂ ਹੁਣ ਲੱਗ ਰਿਹਾ ਯਾਰ ਸਭ ਸੁੱਕ ਰਹੇ ਹੈ ਨਾ ਬਹੁਤ ਉਮੀਦਾਂ ਹੋ ਗਈਆਂ ਲੋਕਾਂ ਨੂੰ ਨਹੀਂ ਨਹੀਂ ਮਹਾਰਾਜ ਚੜ੍ਹਦੀ ਕਲਾ ਸਾਰਾ ਕੰਮ ਵਧੀਆ ਤੁਸੀਂ
ਤੁਸੀਂ ਕਿਵੇਂ ਦੇਖ ਤੁਹਾਨੂੰ ਕਿਵੇਂ ਰਿਸਪੌਂਸ ਮਿਲ ਰਿਹਾ ਮੈਂ ਐਕਸਾਈਟਡ ਕਿਉਂਕਿ ਮੀਦਾ ਤੁਹਾਡੇ ਤੋਂ ਵੀ ਬਹੁਤ ਜ਼ਿਆਦਾ ਆਦੀਆਂ ਨੇ ਸਭ ਨੂੰ ਮੈਂ ਐਕਸਾਈਟਡ ਆ ਐਂਡ ਮੈਂ ਵਨ ਸਾਈਡਡ ਹੈਪੀ ਆ ਮੈਂ ਮੇਰੇ ਮਨ 'ਚ ਦੂਸਰੀ ਚੀਜ਼ ਚੱਲ ਹੀ ਨਹੀਂ ਰਹੀ ਵਧੀਆ ਗੱਲ ਹੈ ਬਹੁਤ ਵਧੀਆ ਗੱਲ ਹੈ ਪੋਜ਼ਿਟਿਵ ਰਹਿਣਾ ਚਾਹੀਦਾ ਵਧੀਆ ਚੱਲ ਰਹੀ ਹੈ ਕਿੰਨੀ ਉਹ ਸਾਡੇ ਲਈ ਚੀਜ਼ਾਂ ਸ਼ਾਇਦ ਨਾਰਮਲ ਹੋ ਗਿਆ ਹੁਣ ਵੀ ਸਾਡੇ ਪੋਸਟਰ ਲੱਗ ਰਿਹਾ ਪਰ ਮੈਨੂੰ ਪਤਾ ਹੈ ਮੈਨੂੰ ਐਜ਼ ਅ ਚਾਈਲਡ ਕੋਈ ਪੋਸਟਰ ਵੇਖਣਾ ਲੱਗਦਾ ਸੀ ਖੁਦਾਈ ਯਾਰ ਇਸ ਕੇ ਇਤਨੇ ਬੜੇ ਬੜੇ ਪੋਸਟਰ ਲਗੇ ਜੀ ਸੋ ਉਹ ਚੀਜ਼ ਹੈ ਹੋ ਰਹੀ ਹੈ ਮੇਰੇ ਨਾਲ ਮੈਂ ਖੁਸ਼ ਹਾਂ ਐਂਡ ਆਈ ਐਮ ਸ਼ੋਰ ਸ਼ੋਰ ਕਿ ਅਸੀਂ ਮਿਹਨਤ ਕੀਤੀ ਹੈ ਨਾ ਉਹ ਰੰਗ ਲਿਆਏਗੀ ਜਾਏਗੀ ਇਧਰ ਵੀ ਲਿਆਏਗੀ ਹੁਣੇ ਹੀ ਲਿਆਏ ਰੱਬ ਕਰੇ ਹੁਣੇ ਹੀ ਲਿਆਏ ਬਿਲਕੁਲ ਕੋਈ ਚੀਜ਼ ਲੁਕੀ ਨਹੀਂ ਰਹਿ ਸਕਦੀ ਮਿਹਨਤ ਕੀਤੀ ਉਹ ਲੁਕੀ ਰਹਿ ਹੀ ਨਹੀਂ ਸਕਦੀ ਜੋ ਵੇਖਣਗੇ ਵੇਖਣਗੇ ਲੋਕ ਅੱਛਾ ਜਗਦੀਪ ਵੀਰੇ ਤੁਹਾਡੀਆਂ ਸਟੋਰੀ ਜੇ ਤੁਸੀਂ ਮੈਂ ਕਿਤੇ ਮੈਂਸ਼ਨ ਕਰਦੇ ਹੋ ਤਾਂ ਇੰਸਪਾਇਰਡ ਹੁੰਦੀਆਂ ਕਿਸੇ ਨਾ ਕਿਸੇ ਚੀਜ਼ ਤੋਂ ਅਤੇ ਇਹਦੇ ਵਿੱਚ ਵੀ ਮੇਲ ਕਰਾ ਦੇ ਰੱਬਾਂ ਦੀ ਵੀ ਗੱਲ ਕੀਤੀ ਗਈ ਹੈ ਨਾ ਅਤੇ ਇਹ ਜਿਹੜੀ ਕਹਾਣੀ ਸੀ ਇਹ ਤੁਹਾਡੇ ਨਾਲ ਬੀਤੀ ਸੀ ਬਚਪਨ ਟਾਈਮ ਸਕੂਲ ਟਾਈਮ ਜਾਂ ਕਿਸੇ ਯਾਰ ਦੋਸਤ ਤੋਂ ਇੰਸਪਾਇਰਡ ਹੋਏ ਆ ਵੀ ਉਹਦੇ ਨਾਲ ਇਹ ਕਹਾਣੀ ਹੋਈ ਸੀਗੀ ਨਹੀਂ ਕਹਾਣੀ ਬੀਤੀ ਨੀਗੀ ਐਕਚੁਅਲੀ ਮੈਨੂੰ ਇਹ ਸੀਗਾ ਕਿ ਸਾਡੀ ਇੰਡਸਟਰੀ 'ਚ ਕਦੇ ਵੀ ਟੀਨੇਜ ਲਵ ਸਟੋਰੀ ਨਹੀਂ ਬਣੀ ਜੀ ਸੋ ਵਰਲਡ ਜੇ ਤੁਸੀਂ ਸਿਨੇਮਾ ਕੱਢੋਗੇ ਤਾਂ ਉਹਦੇ 'ਚ ਬੈਸਟ ਫਿਲਮਾਂ 'ਚ ਟੀਨੇਜ ਲਵ ਸਟੋਰੀਆਂ ਲਵ ਸਟੋਰੀ 'ਚ ਖਾਸ ਕਰਕੇ ਟੀਨੇਜ ਲਵ ਸਟੋਰੀਜ਼ ਬਹੁਤ ਜ਼ਿਆਦਾ ਪਸੰਦ ਕੀਤੀਆਂ ਆ ਬਹੁਤ ਲੋਕ ਰਿਲੇਟ ਕਰਦੇ ਆ ਕਿਉਂਕਿ ਇਹ ਉਹ ਪਿਆਰ ਹੁੰਦਾ ਜਿਹੜਾ ਬਹੁਤ ਇਨੋਸੈਂਟ ਹੁੰਦਾ ਇਸ ਉਮਰ ਦਾ ਪਿਆਰ ਹੈ ਨਾ ਤਾਂ ਇਸ ਕਰਕੇ ਲੋਕਾਂ ਨੂੰ ਜ਼ਿਆਦਾ ਵਧੀਆ ਲੱਗਦਾ ਔਰ ਇਸ ਉਮਰ 'ਚੋਂ ਹਰ ਬੰਦਾ ਗੁਜ਼ਰਿਆ ਹੀ ਹੁੰਦਾ ਮਤਲਬ ਮੈਨੂੰ ਲੱਗਦਾ ਸਕੂਲ ਤੋਂ ਬਾਅਦ ਜਾ ਕੇ ਤੁਹਾਡੇ ਲਾਈਫ ਦੇ ਜਿਹੜੇ ਐਕਸਪੀਰੀਅੰਸ ਆ ਉਹ ਬਹੁਤ ਡਿਫਰੈਂਟ ਹੋ ਜਾਂਦੇ ਆ ਬਟ ਇੱਥੋਂ ਕੁ ਤਾਈ ਤਾਂ ਆਲਮੋਸਟ ਸੇਮ ਜਿਹੇ ਹੁੰਦੇ ਆ ਨਾ ਕਿਉਂਕਿ ਤੁਹਾਨੂੰ ਕਿਸੇ ਨੂੰ ਸਮਝ ਨਹੀਂ ਹੁੰਦੀ ਅਤੇ ਉਹ ਸੀ ਵੀ ਸਾਡੀ ਇੰਡਸਟਰੀ 'ਚ ਕਦੇ ਇਹੋ ਜਿਹੀ ਫਿਲਮ ਨਹੀਂ ਬਣੀ ਤਾਂ ਮੈਨੂੰ ਸੀਗਾ ਕਿ ਯਾਰ ਇਸ 'ਤੇ ਫਿਲਮ ਬਣਾਉਣੀ ਜੀ ਜੀ ਅੱਛਾ ਤਾਨੀਆ ਤੁਹਾਨੂੰ ਜਦੋਂ ਸ਼ੂਟ ਕਰ ਰਹੀ ਸੀ ਤਾਂ ਕੋਈ ਸਕੂਲ ਟਾਈਮ ਦਾ ਕੋਈ ਰਾਜਵੀਰ ਵਰਗਾ ਯਾਦ ਆਇਆ ਕੋਈ ਇਹੋ ਜਿਹਾ ਕ੍ਰਾਈਸ ਸੀ ਮੈਂ ਨਹੀਂ ਕਿਹਾ ਪਿਆਰ ਸੀ ਕ੍ਰਾਈਸ ਸੀ ਕੋਈ ਇੱਦਾਂ ਦਾ ਕ੍ਰਾਈਸ ਨਹੀਂ ਸੀ ਬਟ ਮੈਨੂੰ ਇੰਨਾ ਪਤਾ ਵੀ ਰਾਜਵੀਰ ਇੰਨਾ ਕੁ ਵਧੀਆ ਕੈਰੈਕਟਰ ਹੈ ਔਰ ਗੁਰਨਾਮ ਨੇ ਇੰਨਾ ਵਧੀਆ ਪਲੇ ਕੀਤਾ ਨਾ ਕਿ ਜੇ ਹੁੰਦਾ ਵੀ ਤਾਂ ਯਾਦ ਨਹੀਂ ਆਉਂਦਾ ਠੀਕ ਹੈ ਤੁਸੀਂ ਬਸ ਫਿਲਮ ਦੇਖਿਓ ਬਹੁਤ ਹੀ ਸੋਹਣੇ ਸਿਚੁਏਸ਼ਨਸ ਨੇ ਨਾ ਮੇਰਾ ਕੋਈ ਕ੍ਰਸ਼ ਸੀ ਓਨੈਸਟਲੀ ਨਾ ਮੈਨੂੰ ਕੋਈ ਆਏ ਯਾਦ ਮੈਂ ਇੱਕ ਆਪਣੀ ਦੁਨੀਆ 'ਚ ਆਪਣੇ ਗੋਲਸ 'ਚ ਆਪਣੇ ਫੋਕਸ ਨੂੰ ਲੈ ਕੇ ਕਿਸੇ ਅੱਡ ਲੈਵਲ 'ਤੇ ਹਾਂ ਸੋ ਮੇਰਾ ਹੈ ਨਹੀਂ ਉਹ ਜੋਨਰ ਬਟ ਜੇ ਅਸੀਂ ਗੱਲ ਕਰੀਏ ਨਾ ਰਾਜਵੀਰ ਦੀਆਂ ਅਤੇ ਮੁੰਡਿਆਂ ਨੂੰ ਮੈਂ ਸਾਰਿਆਂ ਨੂੰ ਵਾਰਨ ਕਰ ਰਹੀ ਹਾਂ ਵੀ ਤੁਹਾਡੇ ਤੋਂ ਕੁੜੀਆਂ ਦੀਆਂ ਐਕਸਪੈਕਟੇਸ਼ਨਸ ਵੱਧ ਜਾਣੀਆਂ ਵੀ ਉਹ ਇਹ ਕਰੈਕਟਰ ਹੈ ਜੀ ਜੀ ਬਹੁਤ ਹੀ ਪਿਆਰੇ ਕਰੈਕਟਰ ਤੇ ਰਾਜਵੀਰ ਨੂੰ ਰੌਣਕ ਜ਼ਿਆਦਾ ਹੀ ਰੌਣਕ ਹੈਗੀ ਹੈ ਜਾਂ ਨਹੀਂ ਹੁਣ ਨਹੀਂ ਹੈਗੀ ਅੱਛਾ ਰੌਣਕ ਹੈ ਨਹੀਂ ਗਈ ਹੁਣ